ਇਹਦੀ ਫਿਰ ਗਾਰੰਟੀ ਬਰੰਟੀ ਮਤਲਬ ਕੰਪਨੀ ਵੱਲੋਂ ਗੇਅਰ ਗੂਰ ਦੀ ਜਾਂ ਹੋਰ ਕਿੰਨੇ ਟਾਈਮ ਦੀ ਦਿੰਦੇ ਹੋ ਫਿਰ ਕੀ ਇੰਪਲੀਮੈਂਟ ਆਂਦੇ ਜੀ ਸਰਕਾਰ ਵੱਲੋਂ ਇਹੀ ਆ ਸਾਰਾ ਜਿਵੇਂ ਸਾਡਾ ਸੁਪਰ ਸੀਡਰ ਤੁਸੀਂ ਦੇਖ ਰਹੇ ਹੋ ਹਾਂਜੀ ਉਹ ਅੱਗੇ ਰੇਕ ਦੇਖ ਰਹੇ ਹੋ ਰੋਟਾਵੇਟਰ ਦੇਖ ਰਹੇ ਹੋ ਜੀ ਹਾਂ ਇਹਦੇ 'ਚ ਇੱਕ ਕਾਜ਼ ਹੈਗਾ ਬੈਂਕ ਦਾ ਜੇ ਤੁਸੀਂ ਕਰ ਇੰਪਲੀਮੈਂਟ ਤੇ ਤੁਸੀਂ ਲੋਨ ਲੈਣਾ ਜੀ ਤਾਂ ਉਹਦੇ ਲਈ ਇੱਕ ਕੰਪਲਸਰੀ ਆ ਕਿ ਤੁਹਾਡੇ ਕੋਲ ਇੱਕ ਟਰੈਕਟਰ ਰਜਿਸਟਰਡ ਤੁਹਾਡੇ ਨਾਂ ਤੇ ਹੋਣਾ ਚਾਹੀਦਾ ਠੀਕ ਹੈ ਜੀ ਆਰਸੀ ਮਤਲਬ ਬੰਦੇ ਦੇ ਨਾਮ ਹੋਣੀ ਚਾਹੀਦੀ ਤਾਂ ਕਰਕੇ ਉਹ ਜਿਹੜੇ ਹੈਗੇ ਇੱਕ ਇਹਦੇ ਵਿੱਚ ਕੋਈ ਰਜਿਸਟਰਡ ਪ੍ਰੋਡਕਟ ਨਹੀਂ ਹੈਗਾ ਠੀਕ ਹੈ ਸਰ ਸੁਪਰ ਸੀਡਰ ਹੈਗਾ ਮਤਲਬ ਇਹ ਤਾਂ ਆਧਾਰ ਕਾਰਡ ਬੇਸਡ ਆਪਣਾ ਚੱਲਣਾ ਕੋਈ ਪਲੱਜ ਨਹੀਂ ਕਰਨੀ ਜਿਵੇਂ ਆਪਣਾ ਕੀ ਡਿਫਰੈਂਟ ਹੈ ਇਹਦੇ ਚ ਰੈਕ ਚ ਹਨਾ ਜਿਹੜਾ ਆਪਾਂ ਹੋਰ ਕੰਪਨੀਆਂ ਨਾਲ ਕੰਪੈਰੀਜ਼ਨ ਕਰੀਏ ਆਪਣਾ ਗੇਅਰਸ ਜਿਹੜਾ ਹੈਗਾ ਤੇ ਗੱਲ ਕਰੀਏ ਇਹਦੇ ਬਲੇਟਾਂ ਦੀ ਵੀ ਹਨਾ ਇਹ ਡਿਫਰੈਂਟ ਹੋ ਜਾਂਦਾ ਰੂਟਾਵੇਟਰ ਵਾਲੇ ਬਲੇਟਾਂ ਤੋਂ ਹਨਾ ਤੇ ਆਪਾਂ ਡੂੰਘਾਈ ਚ ਵੱਧ ਜਾਂਦੇ ਨੇ ਵੀਰੇ ਠੀਕ ਹੈ ਇਹਦੀ ਮਤਲਬ ਡੈਪਥ ਕਿੰਨੇ ਤੱਕ ਕਰਦਾ ਰੂਟਾਵੇਟਰ ਨਾਲੋਂ ਕਿੰਨੇ ਇੰਚ ਦੀ ਵੱਧ ਵਧਾਈ ਕਰ ਵੱਧ ਥੱਲੇ ਤੱਕ ਡੰਦਾ ਤੇ ਇੱਕ ਬੜਾ ਪਿਛਲੇ ਸਾਲ ਜਦੋਂ ਵੇਚਿਆ ਗਿਆ ਤਾਂ ਹਨਾ ਕਹਿੰਦੇ ਵੀ ਹਊਆ ਜਿਹਾ ਬਣਾ ਲਿਆ ਤਾਂ ਲੋਕਾਂ ਨੇ ਵੀ ਹਾਂਜੀ ਵੀ ਇਹਨੂੰ ਤਾਰ ਕੇ ਰੂਟਾਵੇਟਰ ਬਣਾ ਲਓ ਹਨਾ ਤਾਂ ਕਈ ਕੰਪਨੀਆਂ ਦਾ ਕੀਤਾ ਉਹ ਚੀਜ਼ਾਂ 'ਚ ਪ੍ਰੋਬਲਮ ਬਹੁਤ ਪੈਂਦੀ ਤੀ ਉੱਥੋਂ ਜਦ ਮਤਲਬ ਇਹ ਚਲਾਉਂਦੇ ਤੇ ਧੜਕਦਾ ਤਾਂ ਡਾਕਰ ਮਿੱਟੀ ਦੇ ਵਿੱਚ ਆਪਣੇ ਐਵੇਂ ਦੀ ਪ੍ਰੋਬਲਮ ਹੈ ਜਾਂ ਮਤਲਬ ਬਿਲਕੁਲ ਖਤਮ ਕੰਬਾਈਨਾਂ ਦੇ ਜਿਹੜੇ ਤੁਸੀਂ ਬਲੌਗ ਆਲਰੇਡੀ ਦੇਖ ਲਏ ਪਿੱਛੇ ਜਿਹੜੇ ਹਨਾ ਮਾਡਲ ਆਪਣੇ ਨਵੇਂ ਕਰਤਾਰ ਕੰਪਨੀ ਵੱਲੋਂ ਜਿਹੜੇ ਲਾਂਚ ਕੀਤੇ ਗਏ ਹਨਾ ਸੋ ਬਲੌਗ ਤੁਸੀਂ ਦੇਖ ਲਏ ਤੇ ਨਾਲ ਸਾਡੇ ਤਰਨਜੀਤ ਸਿੰਘ ਜੀ ਬਾਈ ਜੀ ਕਰਤਾਰ ਗਰੁੱਪ ਤੋਂ ਨੇ ਇਹ ਅੱਜ ਆਪਾਂ ਨੂੰ ਨਾ ਰੂਟਾਵੇਟਰ ਪਿੱਛੇ ਤੁਸੀਂ ਖੜਾ ਦੇਖ ਲਿਓ ਰੂਟਾਵੇਟਰ ਬਾਰੇ ਤੇ ਰੈਕ ਤੇ ਅੱਗੇ ਜਿਹੜਾ ਸੁਪਰ ਸੀਡਰ ਮਾਡਲ ਆ ਜਿਹੜਾ ਹਨਾ ਹੁਣ ਲੇਟੈਸਟ ਆਏ ਆ ਉਹਦੇ ਬਾਰੇ ਜਾਣਕਾਰੀ ਦੇਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਅੱਛਾ ਜਿਹੜਾ ਆਪਣਾ ਨਵਾਂ ਆਇਆ ਇਹ ਕਰਤਾਰ ਰੂਟਾਵੇਟਰ ਇਹ ਕਿਵੇਂ ਡਿਫਰੈਂਟ ਆ ਦੂਜੇ ਨਾਲੋਂ ਕਿਵੇਂ ਦਾ ਇਹਦੇ 'ਚ ਮਟੀਰੀਅਲ ਵਰਤਿਆ ਗਿਆ ਦੇਖੋ ਜਿੱਦਾਂ ਕਿ 8 ਫੀਟ ਦਾ ਇਹ ਸਾਡਾ ਰੋਟਾਵੇਟਰ ਹੈ ਕਰਤਾਰ ਰੋਟਾਵੇਟਰ ਜੀ ਜਿੱਦਾਂ ਕਿ ਇਹਦੀ ਬਾਡੀ ਤੋਂ ਸ਼ੁਰੂ ਕਰ ਲੈਂਦੇ ਆਪਾਂ 5 ਐਮ ਐਮ ਦੀ ਬਾਡੀ ਹੈ ਇਹਨੂੰ ਲੱਗੀ ਹੋਈ ਦੈਨ ਅਦਰ ਰੋਟਾਵੇਟਰਾਂ ਦੇ ਵਿੱਚ ਇਹਦਾ ਫਰਕ ਹੈਗਾ ਸਾਈਡ ਗੇਅਰ ਦਾ ਠੀਕ ਹੈ ਜੀ ਜਿਹੜੀ ਅਦਰ ਕੰਪਨੀਆਂ ਨੇ 20-35-28 ਗੇਅਰ ਯੂਜ਼ ਕਰਦੇ ਹਾਂ ਆਪਾਂ 21-36-28 35 ਐਮ ਐਮ ਦੀ ਮਟਾਈ ਗਰਾਰੀ ਹੈ ਠੀਕ ਹੈ ਉਹ ਯੂਜ਼ ਕਰਦੇ ਹਾਂ ਗਰਾਰੀ ਦੀ 63 10 ਦਾ ਤੇ 63 11 ਦਾ ਬੈਰਿੰਗ ਯੂਜ਼ ਹੁੰਦਾ ਆਪਣੇ ਅਦਰ ਕੰਪਨੀਆਂ 8-9 ਦਾ ਕਰਦੀਆਂ ਬੈਰਿੰਗ ਛੋਟਾ ਹੁੰਦਾ ਉਹਨਾਂ ਦਾ ਬੈਰਿੰਗ ਛੋਟਾ ਹੁੰਦਾ ਹੱਬ ਛੋਟੀ ਹੁੰਦੀ ਹੱਬ ਛੋਟੀ ਰਹੇਗੀ ਬਿਲਕੁਲ ਜੀ ਦੂਜੀ ਗੱਲ ਗੇਅਰ ਨੂੰ ਲੈ ਕੇ 11-22 ਦਾ ਬੈਵਲ ਸੈੱਟ ਪੈਂਦਾ ਤੇ ਗੇਅਰ ਬਾਕਸ ਸਟੀਲ ਮਿਕਸ ਹੋਇਆ ਵਾ ਇਹਦੇ ਵਿੱਚ ਠੀਕ ਹੈ ਆਪ ਦਾ ਖੁਦ ਦਾ ਗੇਅਰ ਹੈ ਸਾਡਾ ਇਹ ਮਤਲਬ ਉਵੇਂ ਸਿਸਟਮ ਹੈਗਾ ਇਹਦਾ ਵੀ ਜਿਵੇਂ ਆਪਾਂ ਚੱਕਰ ਮੈਚ ਕਰਨੇ ਹੁੰਦੇ ਹਨਾ ਵੀ ਕਹਿੰਦੇ ਨੇ ਇਧਰਲੀ ਗਰਾਰੀ ਇਧਰ ਪਿੱਛੇ ਵੀਰੇ ਨਾਰਮਲ ਗਰਾਰੀ ਪੈਂਦੀ 16-17 ਦੀ ਠੀਕ ਹੈ ਜੀ ਅਦਰ ਟਰੈਕਟਰਸ ਲਈ ਜੌਂਡੀਅਰ ਜਾਂ ਹੌਲੈਂਡ ਲਈ ਅਲੱਗ ਗਰਾਰੀ ਪੈਣੀ ਪੈਂਦੀ ਆਪਾਂ ਨੂੰ ਵੈਸੇ ਨਾਰਮਲ 16-17 ਚੱਲਦੀ ਹੈ ਠੀਕ ਹੈ ਜੀ ਤੇ ਗੱਲ ਕਰੀਏ ਮਟੀਰੀਅਲ ਦੀ ਹਨਾ ਕਿਵੇਂ ਦਾ ਇਹਦੇ ਚ ਲੋਹਾ ਵਰਤਿਆ ਗਿਆ ਕਿੰਨੇ ਗੇਜ ਦੇ ਹਨਾ ਆਪਾਂ ਨੂੰ ਇਹਦੇ ਵਿੱਚ ਜਿਹੜਾ ਸਮਾਨ ਵਰਤਿਆ ਗਿਆ 5 ਐਮ ਐਮ ਮੋਟੀ ਪਲੇਟ ਠੀਕ ਹੈ 60-60 ਦਾ ਪਾਈਪ ਲੱਗਿਆ ਹੋਇਆ ਵੀਰੇ ਠੀਕ ਹੈ ਜਿਹੜਾ ਚੈਨਰੀ ਵਰਤੀ ਹੋਇਆ ਇਹਦੇ ਚ ਹਾਂਜੀ ਠੀਕ ਹੈ ਬੋਨ ਸਟੀਲ ਦੇ ਤੇ ਪਲੇਟ ਨੇ 250 ਤੋਂ 300 ਕਿਲੇ ਤੇ ਘੱਟੋ ਘੱਟ ਕੱਢੂ ਇਹਨਾਂ ਇਹ 250 ਕਿਲਾ ਘੱਟੋ ਘੱਟ ਤੇ ਇਹਦੀ ਫਿਰ ਗਾਰੰਟੀ ਬਰੰਟੀ ਮਤਲਬ ਕੰਪਨੀ ਵੱਲੋਂ ਗੇਅਰ ਗੂਰ ਦੀ ਜਾਂ ਹੋਰ ਕਿੰਨੇ ਟਾਈਮ ਦੀ ਦਿੰਦੇ ਹੋ ਫਿਰ ਆਪਾਂ ਇੱਕ ਸੀਜ਼ਨ ਦੀ ਗਾਰੰਟੀ ਦਿੰਦੇ ਆ ਠੀਕ ਹੈ 6 ਮੰਥ ਦੀ ਜੀ ਤੇ ਬਾਕੀ ਨਾਲ ਇਹਦੇ ਹੋਰ ਜਿਵੇਂ ਹੁਣ ਬੰਦਾ ਕੋਈ ਹੈ ਨਾ ਇੱਥੋਂ ਖਰੀਦਦਾ ਨਾਲ ਇੱਕ ਪੀਟੀ ਸ਼ਾਪ ਦੇ ਨਾਲ ਇੱਕ ਕਿੱਟ ਹੈ ਠੀਕ ਹੈ ਕੈਟਾਲੌਗ ਹੈ ਠੀਕ ਹੈ ਠੀਕ ਹੈ ਤਵੀ ਆਪਾਂ ਨੂੰ ਇੱਕ ਡਿਸਕ ਹੈ ਜਿਹੜੀ ਦੋ ਸਾਈਡਾਂ 'ਚ ਆਪਾਂ ਨੂੰ ਪ੍ਰੋਵਾਈਡ ਹੋਗੀ ਠੀਕ ਹੈ ਠੀਕ ਹੈ ਤੇ ਆਪਾਂ ਅੱਗੇ ਗੱਲ ਕਰਦੇ ਹਾਂ ਰੈਕ ਦੀ ਹੈ ਨਾ ਸਰ ਅੱਗੇ ਹੁਣ ਜਿਵੇਂ ਕਣਕ ਤੋਂ ਬਾਅਦ ਅੱਗੇ ਫੇਰ ਝੋਨੇ ਦਾ ਹੈ ਨਾ ਸੀਜ਼ਨ ਆਉਣਾ ਤਾਂ ਉਹਦੇ 'ਚ ਵੀ ਮਤਲਬ ਹੁਣ ਇਹਦਾ ਵੀ ਯੋਗਦਾਨ ਬਹੁਤ ਤਰ੍ਹਾਂ ਦਾ ਹੁਣ ਕੰਪਨੀਆਂ ਬਹੁਤ ਜ਼ਿਆਦਾ ਬਣਾਉਣ ਲੱਗ ਗਈਆਂ ਆਪਣਾ ਕੀ ਡਿਫਰੈਂਟ ਹੈ ਇਹਦੇ 'ਚ ਰੈਕ 'ਚ ਹੈ ਨਾ ਜਿਹੜਾ ਆਪਾਂ ਹੋਰ ਕੰਪਨੀਆਂ ਨਾਲ ਕੰਪੈਰੀਜ਼ਨ ਕਰੀਏ ਗੇਅਰ ਜਿਹੜਾ ਹੈਗਾ ਕਰਾਰੋ ਦਾ ਗੇਅਰ ਹੈ ਬਾਹਰਲਾ ਇਟਲੀ ਦਾ ਜਿਹੜਾ ਇਹਦੇ ਵਿੱਚ ਠੀਕ ਹੈ ਗੇਅਰ ਦੀ ਬਹੁਤ ਵਧੀਆ ਕੁਆਲਿਟੀ ਹੈ 9-10 ਵਾਲਾ ਆਪਣਾ ਰੈਕ ਹੈ ਇਹਦੀ ਸਰ ਚੜਾਈ ਫਿਰ ਕਿੰਨੀ ਕੁ ਹੋ ਜਾਂਦੀ ਹੈ ਚੜਾਈ ਲੰਮਸਮ ਇਹਦੀ ਜੀ ਹਾਂ 10 ਫੁੱਟ ਦੇ ਲਵੇ 10 ਫੁੱਟ ਦੇ 10 ਫੁੱਟ ਦਾ ਘੇਰਾ ਜਿਹੜਾ ਹੈਗਾ ਨਾ ਇਹ ਇਕੱਠਾ ਕਵਰ ਕਰ ਲੈਂਦੇ ਇੱਕ ਲਾਈਨ ਚ ਕਰਦਾ ਹੈ ਠੀਕ ਹੈ ਜੀ ਇੱਕ ਲਾਈਨ ਇਹਦੇ ਵਾਸਤੇ ਤੁਸੀਂ ਰਿਕੁਆਇਰਮੈਂਟ ਫਿਰ ਕਿੰਨੇ ਪਾਵਰ ਦੇ ਟਰੈਕਟਰ ਦੀ ਦਿੰਦੇ ਹੋ ਘੱਟ ਤੋਂ ਘੱਟ 40 ਐਚਪੀ ਘੱਟ ਤੋਂ ਘੱਟ ਵੈਸੇ ਤਾਂ 45 ਐਚਪੀ ਚਲਾ ਲੈਂਦੇ ਨੇ ਠੀਕ ਹੈ ਜੀ ਬੀਜਣੀ ਮਤਲਬ ਲਿਫਟ ਕੈਪੈਸਿਟੀ ਵੀ ਉਹਨੂੰ ਚੱਕਣ ਚ ਵੀ ਠੀਕ ਰਹੇ ਯਾਰ ਹਨਾ ਵੀ ਬਾਕੀ ਇਹਨੂੰ ਪੀਟੀਓ ਨੂੰ ਅਪਡੇਟ ਕਰਨ ਵਾਸਤੇ ਤੇ ਬਾਕੀ ਅੱਗੇ ਨਾਲ ਆ ਜਿਹੜਾ ਆਪਣਾ ਸੁਪਰ ਸੀਟਰ ਮਾਡਲ ਹਨਾ 2023 ਚ ਹੁਣ ਨਵਾਂ ਲਾਂਚ ਕਰਿਆ ਕਰਤਾਰ ਵੱਲੋਂ ਡਿਸਕ ਵਾਲਾ ਆਪਾਂ ਡਿਸਕ ਵਾਲਾ ਮਾਡਲ ਕਹਿ ਸਕਦੇ ਹਾਂ ਜੀ ਸੋ ਇਹਦੀ ਮੇਨ ਜਿਹੜੀ ਸਾਈਡ ਗੇਅਰ ਲੱਗਿਆ ਹੋਇਆ ਬਾਕੀ ਅਦਰ ਕੰਪਨੀ ਸਿੱਧੀ ਰੂਲੇ ਤੋਂ ਚੈਨ ਪਾਉਂਦੀਆਂ ਨੇ ਆ ਠੀਕ ਹੈ ਉਹ ਬਾਕੀ ਦੇ ਆਪਾਂ ਆਪਾਂ ਗੇਅਰ ਲਾਉਨੇ ਆ ਇਹ ਨਾਲ ਕੀ ਆਪਣਾ ਰੂਲਾ ਮਿਸ ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਧਰ ਨੂੰ ਆ ਜਾ ਸਟੀਲ ਦੀ ਆਪਾਂ ਡਿਸਕ ਲਾ ਰਹੇ ਹਾਂ ਜੀ ਸਟੀਲ ਠੀਕ ਠੀਕ ਹੈ ਸਰ ਠੀਕ ਹੈ ਜੀ ਐਡਜਸਟੇਬਲ ਹੈ ਜੀ ਇਹ ਐਡਜਸਟੇਬਲ ਇਹ ਸਰ ਫਿਲਹਾਲ ਆਪਣੇ ਕੋਲ ਇਹਦਾ ਵੀ ਦਾਬ ਆਪਦੇ ਹਿਸਾਬ ਨਾਲ ਦਾਬ ਇਹਨੇ ਲੈ ਲੈਣੀ ਹੈ ਪਿੱਛੋਂ ਇਹ ਆਪਣੇ ਕੋਲ ਕਿੰਨੇ ਕਿੰਨੇ ਫੁੱਟ ਤੋਂ ਸਟਾਰਟ ਹੁੰਦਾ ਹੈ ਕਿੰਨੇ ਫੁੱਟ ਨਹੀਂ ਆਪਣੇ ਕੋਲ 7 ਫੁੱਟ ਤੋਂ ਲੈ ਕੇ ਜੀ 9 ਫੁੱਟ ਤੱਕ ਹੈਗੇ ਜੀ ਠੀਕ ਹੈ ਜੇ ਆਪਾਂ ਗੇਅਰ ਗੂਰ ਦੀ ਗੱਲ ਕਰੀਏ ਸੇਮ ਰੂਟਾਵੇਟਰ ਸੇਮ ਲੱਗਿਆ ਹੋਇਆ ਜੀ ਰੂਟਾਵੇਟਰ ਦੇ ਅਕੋਰਡਿੰਗ ਉਵੇਂ ਚੱਕਰ ਆਪਾਂ ਵੱਧ ਘੱਟ ਹਨਾ ਵੱਧ ਘੱਟ ਚੱਕਰ ਪਿੱਛੇ ਜਿਹੜੇ ਤੁਹਾਨੂੰ ਦੱਸੇ ਨੇ ਗਰਾਰੀਆਂ 16-17 ਦੀਆਂ ਲੱਗੀ ਵੀ ਨੇ ਨਾਰਮਲ ਟਰੈਕਟਰ ਚੱਲਦੀਆਂ ਨੇ
ਇਹਦਾ ਮਤਲਬ ਆਪਣਾ ਖੁਦ ਦਾ ਬੇਟ ਹੈ ਠੀਕ ਹੈ ਠੀਕ ਹੈ ਆਓ ਜਣੀ ਆਪਾਂ ਮਟੀਰੀਅਲ ਦੇ ਹਿਸਾਬ ਨਾਲ ਦੇਖੀਏ ਕਈਆਂ ਦੇ ਮਟੀਰੀਅਲ ਲੱਗੇ ਹੋਏ ਅਮਨ ਮੀਤਾ ਆਉਂਦਾ ਹੈ ਨਾ 12 13 ਕੁਇੰਟਲ ਤੱਕ ਉਹ ਫਿਰ ਟਰੈਕਟਰ ਦੀ ਵੈਸੇ ਬਸ ਕਰਾ ਰੱਖਦਾ ਫਿਰ ਆਪਾਂ 10 ਐਮਐਮ ਦੀ ਪਲੇਟ ਲਾ ਰਹੇ ਨਾ ਵੀਰੇ ਸਾਈਡ ਪਲੇਟ 10 ਐਮਐਮ ਦੀ ਲਾ ਰਹੇ ਤੇ ਇਹਦੇ ਨਾਲ ਸਰ ਟਰੈਕਟਰ ਦੀ ਰਿਕੁਆਇਰਮੈਂਟ ਫਿਰ ਤੁਸੀਂ ਕਿੰਨੇ ਦੀ ਕਰਦੇ ਹੋ ਨਾਲ ਜੀ ਵੀਰੇ ਘੱਟੋ ਘੱਟ 7 ਫੁੱਟ ਹੈਗਾ ਇਹਦੇ ਨਾਲ 55 ਹਾਰਸਪਾਵਰ ਜੀ ਤਾਂ ਲੋਕੇਟ ਆ ਟਰੈਕਟਰ ਚਾਹੀਦਾ ਠੀਕ ਹੈ ਤੇ ਡੀਜ਼ਲ ਕੰਜਮਪਸ਼ਨ ਵੀ ਆਪਾਂ ਟਰੈਕਟਰ ਚਲਾਉਗੇ ਨਾ ਵੀਰੇ 3 ਸਪੀਡ ਆ ਕੇ ਬਿਲਕੁਲ ਤੇ ਆਪਾਂ ਡੀਜ਼ਲ ਕੰਜਮਪਸ਼ਨ ਦੀ ਕਰੀਬ ਵੀ ਆਪਣਾ ਫਰਕ ਪਾਊਗਾ ਅਦਰ ਕੰਪਨੀ ਨਾਲ ਕਹਿੰਦਾ ਵੀਰੇ ਅਦਰ ਕੰਪਨੀ ਨਾਲ ਕਿਉਂਕਿ ਸਮੂਥ ਚੱਲਦਾ ਹੈ देखो ये चीज तो हुण पहल है ना लोकां दी चलण चलाला होवे है ना बाकी हो रहा है अच्छा सबसिडी अगले सबसिडी प्रूव कर दे अपनी ठीक है जी 7 ते 8 ते अप्रूव्ड है ठीक है ठीक ए मतलब कल्ली पंजाब सूबे च भी है फिलहाल और बाहर सूबे नहीं हाले तो वीरे फिलहाल तो पंजाब दे विच ही है फिलहाल भी ठीक है ठीक है ते जेड़ी ये कटिंग मतलब ए किस परपस दी लेजर कटिंग अपनी मशीन ते हुंदी है ਇਦਾਂ ਮਤਲਬ ਕਿਦਾਂ ਕਿ ਜਿਵੇਂ ਪਹਿਲਾਂ ਨਾਲੋਂ ਸਬਸਿਡੀ ਵਾਸਤੇ ਲੋਕ ਪਲੇਟ ਪੱਟ ਕੇ ਮਤਲਬ ਚੱਲੀ ਜਾਂਦਾ ਸੀ ਕੰਮ ਹੁਣੇ ਜੀ ਬੋਡੀ ਦੇ ਵਿੱਚ ਹੀ ਲੇਜ਼ਰ ਹੋ ਗਈ ਇਹ ਤੋਂ ਬਿਨਾ ਸਬਸਿਡੀ ਆਉਣੀ ਨਹੀਂ ਵੀ ਜਿਹਦੇ ਮਤਲਬ ਇਹ ਪਲੇਟ 'ਚ ਕਟਿੰਗ ਨਹੀਂ ਹੈਗੀ ਤਾਂ ਉਹਦੇ ਹੋਰ ਸਬਸਿਡੀ ਨਹੀਂ ਹੋਣੀ ਠੀਕ ਹੈ ਤੇ ਗੱਲ ਕਰੀਏ ਇਹਦੇ ਪਲੇਟਾਂ ਦੀ ਵੀ ਹਨਾ ਇਹ ਡਿਫਰੈਂਟ ਹੋ ਜਾਂਦਾ ਰੂਟਾਵੇਟਰ ਵਾਲੇ ਪਲੇਟਾਂ ਤੋਂ ਹਨਾ ਤੇ ਆਪਾਂ ਮਹਿੰਗਾਈ 'ਚ ਵੱਧ ਜਾਂਦੇ ਨੇ ਵੀਰੇ ਠੀਕ ਹੈ ਇਹ ਇਹਦੀ ਮਤਲਬ ਡੈਪਥ ਕਿੰਨੇ ਤੱਕ ਕਰਦਾ ਰੂਟਾਵੇਟਰ ਨਾਲੋਂ ਕਿੰਨੇ ਇੰਚ ਦੀ ਵੱਧ ਵਧਾਈ ਕਰ ਵੱਧ ਥੱਲੇ ਤੱਕ ਡੰਦਾ ਇਹ 8.5 ਇੰਚ ਤੱਕ ਕਰ ਜਾਂਦਾ 2 ਇੰਚ ਜ਼ਿਆਦਾ ਆ 2 ਇੰਚ ਜ਼ਿਆਦਾ ਤੇ ਇੱਕ ਬੜਾ ਪਿਛਲੇ ਸਾਲ ਜਦੋਂ ਵੇਚਿਆ ਗਿਆ ਤਾਂ ਹਨਾ ਕਹਿੰਦੇ ਵੀ ਹਊਆ ਜਿਹਾ ਬਣਾ ਲਿਆ ਤਾਂ ਲੋਕਾਂ ਨੇ ਵੀ ਹਾਂਜੀ ਵੀ ਇਹਨੂੰ ਤਾਰ ਕੇ ਰੂਟਾਵੇਟਰ ਬਣਾ ਲਓ ਹਨਾ ਤਾਂ ਕਈ ਕੰਪਨੀਆਂ ਦਾ ਕੀਤਾ ਉਹ ਚੀਜ਼ਾਂ 'ਚ ਪ੍ਰੋਬਲਮ ਬਹੁਤ ਪੈਂਦੀ ਤੀ ਉੱਥੋਂ ਜਦ ਮਤਲਬ ਇਹ ਚਲਾਉਂਦੇ ਤੇ ਧੜਕਦਾ ਤਾਂ ਡਾਕਰ ਮਿੱਟੀ ਦੇ ਵਿੱਚ ਆਪਣੇ ਐਵੇਂ ਦੀ ਪ੍ਰੋਬਲਮ ਹੈ ਜਾਂ ਮਤਲਬ ਬਿਲਕੁਲ ਹੀ ਖਤਮ ਮਤਲਬ ਇਹ ਇੱਕ ਟੌਪ ਮਾਡਲ ਆਪਾਂ ਹੁਣ ਲਾਂਚ ਕਰ ਰਹੇ ਹਾਂ ਉਹ 3-in-1 ਹੋਊਗਾ ਆਪਣਾ ਠੀਕ ਹੈ ਡਬਲ ਲਿੰਕ ਲੱਗੀ ਹੋਊਗੀ ਉਰੇ ਲਿੰਕ ਪਾ ਕੇ ਡਬਲ ਪਿੱਛੇ ਲਿੰਕ ਲੱਗੀ ਹੋਊਗੀ ਪਿੰਨ ਪੈਂਦੀ ਹੋ ਜੂ ਸਟੈਂਡ ਲੱਗ ਜਾਣਗੇ ਮਤਲਬ ਉਹ ਰੋਟਾਵੇਟਰ ਵੀ ਬਣ ਜਾ ਕਰੂਗਾ ਸੀਟਲ ਵੀ ਬਣ ਜਾ ਕਰੂਗਾ ਤੇ ਸੁਪਰ ਸੀਟਰ ਵੀ ਬਣ ਜਾ ਠੀਕ ਹੈ ਬਿਲਕੁਲ ਜੀ ਤੇ ਬਾਕੀ ਵੀਰ ਨੇ ਬਹੁਤ ਵਧੀਆ ਨਾ ਜਾਣਕਾਰੀ ਦਿੱਤੀ ਤੇ HDFC ਤੇ ਹੋਰ ਸਾਰੇ ਬੈਂਕ ਜਿਵੇਂ ਪੰਜਾਬ ਗ੍ਰਾਮੀਣ ਬੈਂਕ ਹੋ ਗਿਆ ਇੰਡੀਅਨ ਬੈਂਕ ਹੋ ਗਿਆ ਸਾਰੇ ਬੈਂਕਾਂ ਵੱਲੋਂ ਇੱਕ ਸਕੀਮ ਹੈ ਸੈਂਟਰ ਗਵਰਨਮੈਂਟ ਦੀ ਠੀਕ ਹੈ ਜਿਹਦੇ ਤੇ 90% ਤੱਕ ਲੋਨ ਹੋ ਸਕਦਾ ਜੀ ਵਿਦ ਰੇਟ ਆਫ ਇੰਟਰਸਟ 6% ਰੇਟ ਆਫ ਇੰਟਰਸਟ ਜਿਹੜਾ ਹੈਗਾ ਜੀ ਉਹ ਦੇਖੋ 9% ਰੇਟ ਆਫ ਇੰਟਰਸਟ ਹੈਗਾ ਇਹਦੇ ਤੇ ਸਟਾਰ ਲੱਗਾ ਕਿਉਂਕਿ ਜ਼ਿਆਦਾਤਰ ਬਾਅਦ ਦੇ ਵਿੱਚ ਕਮੈਂਟਸ ਤੁਹਾਨੂੰ ਆਉਣਗੇ ਵੀਡੀਓ ਦੇ ਵਿੱਚ ਕਿ ਸਟਾਰ ਹੈਗਾ ਜੀ ਹਾਂਜੀ ਹਾਂਜੀ ਉਹਦਾ ਮੈਂ ਤੁਹਾਨੂੰ ਹੁਣੇ ਕਲੀਅਰ ਕਰ ਦੇਣਾ ਇਹਦਾ ਜਿਹੜਾ ਵਿਆਜ ਹੈਗਾ ਉਹ 9% ਲੱਗੇਗਾ ਠੀਕ ਹੈ ਜੀ 9% ਦਾ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਉਹ ਜੋ 3% ਜਿਹੜਾ ਹੈਗਾ ਤੁਹਾਨੂੰ ਰਿਵਰਸ ਆਏਗਾ ਠੀਕ ਅੱਛਾ ਵਾਪਸ ਆ ਜਾਣਾ ਵਾਪਸ ਆਏਗਾ ਜਿਵੇਂ ਕਿ ਸੀਸੀ ਲਿਮਟ ਦੇ ਵਿੱਚ ਹੁੰਦਾ ਕਿਸਾਨ ਨੂੰ ਜਿਵੇਂ 3 ਲੱਖ ਦੀ ਲਿਮਟ ਦੇ ਉੱਤੇ 4% ਵਿਆਜ ਲੱਗਦਾ ਹੈ ਜੀ ਜੀ 3% ਵਾਪਸ ਆਉਂਦਾ ਲੱਗਦਾ 7 ਹੀ ਆ ਠੀਕ ਪਰ ਉਹਦੇ ਵਿੱਚੋਂ 3% ਵਾਪਸ ਆਉਂਦਾ ਵਾਪਸ ਆ ਜਾਂਦਾ ਉਹੀ ਸਕੀਮ ਬੈਂਕ ਨੇ ਦਿੱਤੀ ਹੈ ਕਿ ਤੁਸੀਂ ਕੋਈ ਵੀ ਫਾਰਮਰ ਆਪਣਾ ਬਿਜ਼ਨਸ ਤੋੜਨ ਲਈ ਜੀ ਸਵੈ ਰੋਜ਼ਗਾਰ ਦੀ ਜਿਹੜੀ ਹੈਗੀ ਹੈ ਯੋਜਨਾ ਠੀਕ ਹੈ ਇਹ ਸਾਰੀਆਂ ਬੈਂਕਾਂ ਤੋਂ ਹੈਗੀਆਂ ਸਾਡੇ ਪ੍ਰੋਡਕਟ ਸਾਰਿਆਂ ਦੇ ਉੱਤੇ ਹੈਗੀ ਹੈ ਜੀ ਤੁਸੀਂ ਫਾਈਨਾਂਸ ਕਰਾਓ ਖੁੱਲ ਕੇ ਫਾਈਨਾਂਸ ਕਰਾਓ ਜਿਹੜਾ ਅੱਛਾ ਇਨਸਾਨ ਹੈ ਜਿਹਦਾ ਸਿਬਲ ਵਧੀਆ ਹੈਗਾ ਘੱਟ ਤੋਂ ਘੱਟ 10% ਜਿਹਣੀ ਆਪਾਂ ਨੂੰ ਪੇਮੈਂਟ ਕਰਨੀ ਹੈ ਹਾਂ ਬਿਲਕੁਲ ਸਿਰਫ ਉਹਨੂੰ ਸਿਰਫ 10% ਤੁਸੀਂ ਆਪਣਾ ਅਮਾਉਂਟ ਕਰਨੀ ਹੈ ਠੀਕ ਹੈ ਜੀ ਬਾਕੀ ਦਾ ਹੈਗਾ 90% ਤੁਹਾਨੂੰ ਫਾਈਨਾਂਸ ਮਿਲ ਜਾਣਾ ਇੰਪਲੀਮੈਂਟ ਹੁੰਦੇ ਜੀ ਸਰਕਾਰ ਵੱਲੋਂ ਇਹੀ ਆ ਸਾਰਾ ਜਿਵੇਂ ਸਾਡਾ ਸੁਪਰ ਸੀਡਰ ਤੁਸੀਂ ਦੇਖ ਰਹੇ ਹੋ ਹਾਂਜੀ ਉਹ ਅੱਗੇ ਰੇਕ ਦੇਖ ਰਹੇ ਹੋ ਰੋਟਾਵੇਟਰ ਦੇਖ ਰਹੇ ਹੋ ਜੀ ਹਾਂ ਇਹਦੇ 'ਚ ਇੱਕ ਕਾਜ਼ ਹੈਗਾ ਬੈਂਕ ਦਾ ਜੇ ਤੁਸੀਂ ਕਰ ਇੰਪਲੀਮੈਂਟ ਤੇ ਤੁਸੀਂ ਲੋਨ ਲੈਣਾ ਤਾਂ ਉਹਦੇ ਲਈ ਇੱਕ ਕੰਪਲਸਰੀ ਹੈ ਕਿ ਤੁਹਾਡੇ ਕੋਲ ਇੱਕ ਟਰੈਕਟਰ ਰਜਿਸਟਰਡ ਤੁਹਾਡੇ ਨਾਂ ਤੇ ਹੋਣਾ ਚਾਹੀਦਾ ਠੀਕ ਹੈ ਜੀ ਆਰਸੀ ਮਤਲਬ ਬੰਦੇ ਦੇ ਨਾਮ ਹੋਣੀ ਚਾਹੀਦੀ ਤਾਂ ਕਰਕੇ ਉਹ ਜਿਹੜੇ ਹੈਗੇ ਇੱਕ ਇਹਦੇ ਵਿੱਚ ਕੋਈ ਰਜਿਸਟਰਡ ਪ੍ਰੋਡਕਟ ਨਹੀਂ ਹੈਗਾ ਠੀਕ ਹੈ ਸਰ ਸੁਪਰ ਸੀਡਰ ਹੈਗਾ ਮਤਲਬ ਇਹ ਤਾਂ ਆਧਾਰ ਕਾਰਡ ਬੇਸਡ ਆਪਣਾ ਚੱਲਣਾ ਕੋਈ ਪਲੱਜ ਨਹੀਂ ਕਰਨੀ ਚਾਹੀਦੀ ਤੇ ਤੁਹਾਡੇ ਕੋਲ ਟਰੈਕਟਰ ਹੈਗਾ ਜੀ ਟਰੈਕਟਰ ਦੇ ਨਾਲ ਤੁਸੀਂ ਉਹਨੂੰ ਆਪਣੀ ਰਜਿਸਟ੍ਰੇਸ਼ਨ ਦਿਖਾਓ ਬੈਂਕ ਨੂੰ ਤੇ ਉਹਦੇ ਤੇ ਉਦਾਂ ਹੀ 90% ਲੋਨ ਲੈ ਸਕਦੇ ਠੀਕ ਹੈ ਇਸੇ ਤਰ੍ਹਾਂ ਸਾਡਾ ਮੱਕੀ ਵਾਲਾ ਕਟਰ ਹੈ ਜੀ ਕਈ ਕਿਸਾਨਾਂ ਨੂੰ ਇਹ ਸਾਡੇ ਕੋਲ ਕਾਲਸ ਆਉਂਦੀਆਂ ਨੇ ਮੈਂ ਕਲੀਅਰ ਕਰ ਦਿੰਦਾ ਜਿਵੇਂ ਕਹਿੰਦੇ ਆ ਜੀ ਕੱਲਾ ਮੱਕੀ ਵਾਲਾ ਕਟਰ ਲੈਣਾ ਜੀ ਉਹਦੇ ਤੇ ਕੀ ਲੋਨ ਹੋ ਜਾਏਗਾ ਬਹੁਤ ਬੰਦਿਆਂ ਦੇ ਸਾਨੂੰ ਸਵਾਲ ਆਉਂਦੇ ਆ ਤੇ ਇਹਦੇ 'ਚ ਮੈਂ ਤੁਹਾਨੂੰ ਵੈਰੀ ਕਲੀਅਰ ਕਰਦਾ ਕਿ ਉਹੀ ਇੱਕ ਤੁਹਾਨੂੰ ਰਜਿਸਟ੍ਰੇਸ਼ਨ ਦੀ ਜਿਹੜੀ ਮੈਂ ਕਹੀ ਹੈ ਜੇਕਰ ਤੁਹਾਡੇ ਕੋਲੇ ਕਿਸੇ ਵੀ ਕੰਪਨੀ ਦੀ ਕੰਬਾਈਨ ਦੀ ਰਜਿਸਟ੍ਰੇਸ਼ਨ ਤੁਹਾਡੇ ਤੇ ਨਾਂ ਤੇ ਹੈਗੀ ਹੈ ਜੀ ਤਾਂ ਤੁਸੀਂ ਮੱਕੀ ਵਾਲੇ ਹੈਡਰ ਤੇ ਵੀ ਲੋਨ ਕਰਾ ਸਕਦੇ ਠੀਕ ਹੈ ਸਰ ਠੀਕ ਹੈ ਮਤਲਬ ਆਪਾਂ ਸੈਪਰੇਟ ਲੈ ਸਕਦੇ ਹਾਂ ਸੈਪਰੇਟ ਕਿਸੇ ਵੀ ਮਸ਼ੀਨ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਉਨੇ ਆ ਹੈਡਰ ਇਹ ਨਹੀਂ ਹੈਗਾ ਕੱਲੀ ਕਰਤਾਰ ਤੀ ਦੇਵਾਂਗੇ ਜੀ ਤੁਹਾਡੇ ਕੋਲੇ ਕਿਸੇ ਵੀ ਕੰਪਨੀ ਦੀ ਕੰਬਾਈਨ ਹੈਗੀ ਹੈ ਤਾਂ ਤੁਸੀਂ ਸਾਡਾ ਹੈਡਰ ਯੂਜ਼ ਕਰ ਸਕਦੇ ਹੋ ਉਹਦੇ ਰਿਜ਼ਲਟ ਤੁਹਾਨੂੰ ਸਾਡੇ ਫਾਰਮਰਸ ਨੇ ਦੱਸਿਆ ਜਿਹੜੇ ਆਲਰੇਡੀ ਯੂਜ਼ ਕਰ ਰਹੇ ਆ ਚਲਾ ਰਹੇ ਆ ਇਹ ਅਸੀਂ ਬਾਹਰਲੀ ਤਕਨੀਕ ਦੇ ਨਾਲ ਪਿਛਲੇ 2 ਸਾਲਾਂ ਤੋਂ ਬਹੁਤ ਮਤਲਬ ਵੱਡੇ ਪੱਧਰ ਤੇ ਇਹਦੇ ਚ ਸੁਧਾਰ ਕੀਤੇ ਆ ਜੀ ਜੀ ਤੇ ਹੁਣ ਕਾਫੀ ਜ਼ਿਆਦਾ ਪਸੰਦ ਕਰ ਰਹੇ ਆ ਉਹੀ ਸੇਮ 80-90% ਲੋਨ ਉੱਤੇ ਵੀ ਤੁਹਾਨੂੰ ਮਿਲੇਗਾ ਠੀਕ ਹੈ ਸਰ ਉਹਦਾ ਇੱਕੋ ਹੀ ਕਾਜ਼ ਹੈ ਤੁਹਾਡੇ ਨਾਂ ਤੇ ਕਿਸੇ ਵੀ ਕੰਬਾਈਨ ਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ ਰਜਿਸਟ੍ਰੇਸ਼ਨ ਜ਼ਰੂਰੀ ਹੈ ਠੀਕ ਹੈ ਧੰਨਵਾਦ ਜੀ